ਬਦਨਾਮ ਹੋ ਰਹੀ ਹੈ। ये बिग बॉस की बहुत गलत गेम है। A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਤੇ ਲੈ ਕੇ ਹਾਜ਼ਰ ਹਾਂ ਜੀ ਖਰੀਆਂ ਖਰੀਆਂ। ਦੋਸਤੋ ਖਰੀਆਂ ਖਰੀਆਂ ਵਿੱਚ ਅੱਜ ਗੱਲਬਾਤ ਕਰਦੇ ਆ ਟੀਵੀ ਚੈਨਲ ਆਪਣੀ TRP ਨੂੰ ਵਧਾਉਣ ਦੇ ਲਈ ਕਿਸ ਤਰ੍ਹਾਂ ਨਵੇਂ ਪ੍ਰੋਗਰਾਮ ਅਤੇ ਕਿਵੇਂ ਨਵੇਂ ਤਰੀਕੇ ਲੱਭ ਕੇ ਲਿਆਉਂਦੇ ਨੇ। ਜੀ ਹਾਂ ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਹਿਮਾਂਸ਼ੀ ਖੁਰਾਨਾ ਅਤੇ ਸਹਿਨਾਜ ਗਿੱਲ ਦੀ ਕੰਟਰੋਵਰਸੀ ਕਿੰਨੀ ਵਧੀ ਸੀ ਅਤੇ ਉਸ ਸਮਾਂ ਪਹਿਲਾਂ ਹੀ ਉਹ ਕੰਟਰੋਵਰਸੀ ਥੰਮ ਵੀ ਗਈ ਸੀ। ਅਤੇ ਜੇਕਰ ਗੱਲ ਕਰੀਏ ਸਹਿਨਾਜ ਗਿੱਲ, ਜਿਹੜੀ ਕਿ ਹੁਣ ਕਲਰਸ ਦੇ ਬਿੱਗ ਬੌਸ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਸੀ ਅਤੇ ਉਹਨੂੰ ਬਹੁਤ ਵਧੀਆ ਵੋਟਿੰਗ ਮਿਲ ਰਹੀ ਸੀ, ਪਰ ਜੇਕਰ ਆਪਾਂ ਗੱਲ ਕਰੀਏ ਵੀ ਚੈਨਲ ਨੇ ਆਪਣੀ TRP ਵਧਾਉਣ ਦੇ ਲਈ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਕਰ ਦਿੱਤੀ, ਜੋ ਕਿ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਅਤੇ ਜਦੋਂ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਈ, ਉਸ ਐਂਟਰੀ ਤੋਂ ਬਾਅਦ ਸਹਿਨਾਜ ਗਿੱਲ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਅਤੇ ਸਹਿਨਾਜ ਗਿੱਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਬਿੱਗ ਬੌਸ ਮੈਂ ਇੱਥੋਂ ਕਿਊਟ ਕਰਨਾ ਚਾਹੁੰਦੀ ਹਾਂ। ਪਹਿਲਾਂ ਦੇਖੋ ਸਹਿਨਾਜ ਗਿੱਲ ਦਾ ਕੀ ਕਹਿਣਾ ਸੀ ਜਦੋਂ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਈ। Sorry to ask this, but Sana ko kya ho gaya? Matlab kuch nahi, muh todne ki baat meri ho rahi thi, to ab kab baat hui, mere ko to kuch aata pata hi nahi hai. Kya wo unhone Faris ke paas kuch bola ki isse meri controversy hui hai, agar wo andar aake to main uske muh tod dunga. Mujhe nahi jana, tu ikko nahi jana, bhaiya badnaam ho rahi hai. Ye Big Boss ki bahut galat game hai ab. ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਹਿਮਾਂਸ਼ੀ ਦੀ ਐਂਟਰੀ ਬਿੱਗ ਬੌਸ ਦੇ ਵਿੱਚ ਹੋਣ ਨਾਲ ਦੁਬਾਰਾ ਤੋਂ ਸਹਿਨਾਜ ਅਤੇ ਹਿਮਾਂਸ਼ੀ ਦੀ ਆ ਜਿਹੜਾ ਕਿ ਪੁਰਾਣੀ ਕੰਟਰੋਵਰਸੀ ਸੀ ਉਹ ਦੁਬਾਰਾ ਸ਼ੁਰੂ ਹੋ ਗਈ। ਅਸੀਂ ਤੁਹਾਨੂੰ ਇਸ ਖਬਰ ਦੀ ਪੂਰੀ ਅਪਡੇਟ ਦਿੰਦੇ ਰਹਾਂਗੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ A1 ਪੰਜਾਬੀ TV 'ਤੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।